ਜਾਣ ਸਮਝ ਇਹਨੂੰ ਤਾਂ ਆਏਗੀ ਜੇ ਸਾਹਿਬ ਜੀ ਕਹਿੰਦੇ ਉਸ ਮੋਹ ਦੀਆਂ ਤੰਦਾਂ ਵਿੱਚੋਂ ਬਾਹਰ ਨਿਕਲੇ। ਪਤੀ ਕਿਵੇਂ ਅਸੀਂ ਸਾਰੇ ਮੋਹ ਦੀਆਂ ਤੰਦਾਂ ਵਿੱਚ ਬੱਝੇ ਹੋਏ ਹਾਂ। ਸਤਿਗੁਰੂ ਨੇ ਇੱਕ ਐਗਜ਼ੈਂਪਲ ਬੜੀ ਪਿਆਰੀ ਦਿੱਤੀ ਬਾਣੀ ਵਿੱਚ। ਸਾਹਿਬ ਜੀ ਕਹਿੰਦੇ ਜੱਜਾ ਜਾਣੈ ਹਉ ਕਛ ਹੁਆ, ਬਾਂਧਿਓ ਜਿਉਂ ਨਲਨੀ ਭ੍ਰਮ ਸੁਆ। ਜੱਜਾ ਅੱਖਰ ਇਹ ਉਪਦੇਸ਼ ਦਿੰਦਾ ਕਿ ਜੋ ਕੁਝ ਮੈਂ ਆ ਨਾ ਬਸ ਮੈਂ ਹੀ ਹਾਂ, ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ। ਆਪਣੇ ਆਪ 'ਤੇ ਮਾਣ ਕਰਦਾ, ਆਪਣੀ ਕਾਬਲੀਅਤ 'ਤੇ ਮਾਣ ਕਰਦਾ, ਆਪਣੇ ਧਨ 'ਤੇ ਮਾਣ ਕਰਦਾ, ਆਪਣੀ ਹਰੇਕ ਚੀਜ਼ 'ਤੇ ਬੰਦਾ ਮਾਣ ਕਰਦਾ ਕਿ ਜੋ ਕੁਝ ਮੇਰੇ ਕੋਲ ਨਾ ਉਹ ਹੋਰ ਕਿਸੇ ਕੋਲ ਨਹੀਂ। ਅਤੇ ਸਾਹਿਬ ਜੀ ਕਹਿੰਦੇ ਇਸ ਮਾਣ ਦੇ ਵਿੱਚ ਬੰਦਾ ਪਤੀ ਕਿਵੇਂ ਬੱਝਾ ਪਿਆ, ਜਿਵੇਂ ਇੱਕ ਤੋਤਾ ਨਲਨੀ ਦੇ ਨਾਲ ਬੱਝਾ ਹੋਇਆ। ਜਿਹੜੇ ਤੋਤੇ ਨੂੰ ਪਕੜਨ ਵਾਲੇ ਨੇ ਨਾ, ਉਹਨਾਂ ਕੋਲ ਯਤਨ ਹੁੰਦੇ ਆ, ਢੰਗ ਤਰੀਕੇ ਨੇ। ਉਹ ਕੀ ਕਰਦੇ ਆ, ਇੱਕ ਗੋਲ ਜਿਹਾ ਢੋਲ ਲੈ ਕੇ ਨਾ ਉਹਨੂੰ ਲੱਕੜ ਦੇ ਵਿੱਚ ਪਾ ਕੇ ਅਤੇ ਦੋ ਸੋਟੀਆਂ ਦੇ ਸਹਾਰੇ ਉੱਚੀ ਥਾਂ 'ਤੇ ਥੋੜ੍ਹਾ ਜਿਹਾ ਉੱਚਾ ਉਹਨੂੰ ਬੰਨ ਦਿੰਦੇ ਆ, ਉਹਦੇ ਉੱਤੇ ਥੋੜ੍ਹੇ ਜਿਹੇ ਦਾਣੇ ਖਿਲਾਰ ਦਿੰਦੇ ਆ ਅਤੇ ਉਹਦੇ ਥੱਲੇ ਭਰ ਕੇ ਕਟੋਰਾ ਪਾਣੀ ਦਾ ਰੱਖ ਦਿੰਦੇ ਆ। ਹੁਣ ਜਦੋਂ ਤੋਤਾ ਆਉਂਦਾ ਹੈ ਉਸ ਚੋਗੇ ਨੂੰ ਚੁਗਣ ਲਈ, ਦਾਣਿਆਂ ਨੂੰ ਚੁਗਣ ਲਈ, ਉਹ ਢੋਲ ਜਿਹੜਾ ਹੈ ਨਾ ਉਹ ਗੋਲ ਘੁੰਮ ਜਾਂਦਾ। ਹੁਣ ਜਦੋਂ ਉਹ ਥੱਲੇ ਨੂੰ ਘੁੰਮਦਾ ਅਤੇ ਥੱਲੇ ਪਾਣੀ ਦਾ ਕਟੋਰਾ ਭਰਿਆ ਪਿਆ ਅਤੇ ਤੋਤੇ ਨੂੰ ਇਹ ਲੱਗਦਾ ਕਿ ਥੱਲੇ ਸਮੁੰਦਰੇ ਪਾਣੀ ਦਾ, ਜੇ ਮੈਂ ਡਿੱਗ ਪਿਆ ਤਾਂ ਡੁੱਬ ਕੇ ਮੌਤ ਹੋ ਜਾਣੀ, ਉਸ ਢੋਲ ਨੂੰ ਘੁੱਟ ਕੇ ਪਕੜ ਲੈਂਦਾ, ਨਾ ਉਹਨੂੰ ਛੱਡਦਾ, ਕਿਉਂਕਿ ਜੇ ਛੱਡੇਗਾ ਤਾਂ ਥੱਲੇ ਪਾਣੀ ਦਿਸਦਾ, ਪਾਣੀ ਵੀ ਡਿੱਗਾ ਅਤੇ ਮੌਤ ਹੋ ਜਾਣੀ। ਜਿਵੇਂ ਸਤਿਗੁਰੂ ਜੀ ਕਹਿੰਦੇ ਆ ਉਹ ਸੂਆ ਭਾਵ ਕਿ ਤੋਤਾ ਉਸ ਢੋਲ ਨੂੰ ਘੁੱਟ ਕੇ ਪਕੜ ਕੇ ਰੱਖਦਾ ਅਤੇ ਉਸੇ ਨਾਲ ਬੱਝਾ ਹੋਇਆ, ਅਤੇ ਜਿਹਨੇ ਇਹ ਸਾਰੀ ਵਿਉਂਤ ਬੰਦੀ ਬਣਾਈ ਉਹ ਆ ਕੇ ਤੋਤੇ ਨੂੰ ਆਸਾਨੀ ਨਾਲ ਪਕੜ ਲੈਂਦਾ। ਇਸੇ ਤਰ੍ਹਾਂ ਸਾਹਿਬ ਜੀ ਕਹਿੰਦੇ ਬੰਦਾ ਮੈਂ ਮੇਰੀ ਵਿੱਚ ਬੱਝਾ ਪਿਆ, ਆਪਣੇ ਆਪ ਨੂੰ ਇਹਨੇ ਜਕੜਿਆ ਪਿਆ, ਉਹ ਨਾ ਉਹਨੂੰ ਛੱਡਣ ਲਈ ਤਿਆਰ ਹੈ ਅਤੇ ਨਾ ਉਹਦੇ ਵਿੱਚੋਂ ਬਾਹਰ ਨਿਕਲਣ ਦੀ ਤਿਆਰ ਹੈ। ਜੱਜਾ ਜਾਣੈ ਹਉ ਕਛ ਹੁਆ, ਕਿ ਜੋ ਕੁਝ ਮੈਂ ਹਾਂ ਬਸ ਮੈਂ ਹੀ ਹਾਂ, ਬਾਂਧਿਓ ਜਿਉਂ ਨਲਨੀ ਭ੍ਰਮ ਸੁਆ। ਜਿਵੇਂ ਸੁਆ ਤੋਤਾ ਉਸ ਨਲਨੀ ਉਸ ਢੋਲ ਦੇ ਨਾਲ ਬੱਝਾ ਰਹਿੰਦਾ ਇਸ ਭਰਮ ਵਿੱਚ ਕਿ ਥੱਲੇ ਸਮੁੰਦਰ ਹੈ, ਗਹਿਰਾ ਪਾਣੀ ਹੈ, ਪਰ ਜੇ ਉਹਨੂੰ ਗਿਆਨ ਹੋਵੇ ਅਤੇ ਸਮਝ ਹੋਵੇ ਕਿ ਥੱਲੇ ਤਾਂ ਨਿੱਕਾ ਜਿਹਾ ਕਟੋਰਾ ਪਾਣੀ ਦਾ, ਜੇ ਮੈਂ ਇਹਨੂੰ ਛੱਡ ਕੇ ਕਟੋਰੇ ਵਿੱਚ ਡਿੱਗ ਪਵਾਂਗਾ ਤਾਂ ਮਰਨ ਨਹੀਂ ਲੱਗਾ, ਮੈਂ ਆਸਾਨੀ ਨਾਲ ਬਾਹਰ ਨਿਕਲ ਜਾਣਾ, ਪਰ ਇਹ ਗਿਆਨ ਹੋਏ ਤਾਂ ਉਹ ਛੱਡੇ ਨਾ। ਇਸੇ ਤਰ੍ਹਾਂ ਸਾਹਿਬ ਜੀ ਕਹਿੰਦੇ ਬੰਦੇ ਦੀ ਹਾਲਤ, ਬੰਦੇ ਦੀ ਦਸ਼ਾ ਬਣੀ ਪਈ, ਭਰਮ ਮੋਹ ਦੇ ਜਾਲ ਵਿੱਚ ਬੰਦਾ ਬੱਝਾ ਪਿਆ, ਉਮਰ ਇਹਦੀ ਘੱਟਦੀ ਪਈ ਹੈ, ਇਹਦਾ ਮਿਲਿਆ ਹੋਇਆ ਕੀਮਤੀ ਇਹ ਜਨਮ ਜੀਵਨ ਜਿਹੜਾ ਉਹ ਬੇਅਰਥ ਲੰਘਦਾ ਪਿਆ, ਨਿਸ ਬਾਸੁਰ ਦਿਨ ਰਾਤ ਕਰਕੇ ਬੰਦੇ ਨੂੰ ਸੋਧ ਹੀ ਨਹੀਂ ਆ ਰਹੀ, ਬੰਦੇ ਨੂੰ ਗਿਆਨ ਹੀ ਨਹੀਂ ਆ ਰਿਹਾ ਕਿ ਉਮਰ ਬੀਤਦੀ ਪਈ ਹੈ, ਮੈਂ ਆਪਣੇ ਜੀਵਨ ਨੂੰ ਸਫਲ ਕਰਾਂ ਗੁਰੂ ਵਾਲੇ ਪਾਸੇ ਤੁਰਾਂ। ਸਤਿਗੁਰੂ ਨੇ ਆਵਾਜ਼ਾਂ ਮਾਰੀਆਂ, ਹੋਕੇ ਮਾਰੇ ਬਾਣੀ ਵਿੱਚ, ਬੰਦਿਆ ਜਾਗ ਹੋਸ਼ ਕਰ, ਕਰੋ ਬੇਨਤੀ ਸੁਣੋ ਮੇਰੇ ਮੇਤਾ, ਸੰਤ ਟਹਿਲ ਕੀ ਵੇਲਾ। ਆਹ ਜਿਹੜੀ ਤੈਨੂੰ ਵਾਰੀ ਮਿਲੀ ਨਾ, ਵੇਲਾ ਭਾਵ ਕੀ ਸਮਾਂ ਮਿਲਿਆ, ਸਾਹਿਬ ਜੀ ਕਹਿੰਦੇ ਮੇਰੇ ਮਿੱਤਰ ਮੇਰੇ ਭਰਾ ਸੁਣ, ਸੰਤ ਟਹਿਲ ਕੀ ਵੇਲਾ, ਇਹ ਸੇਵਾ ਭਜਨ ਬੰਦਗੀ ਕਰਨ ਦਾ ਇੱਕ ਪਰਮਾਤਮਾ ਨੇ ਤੈਨੂੰ ਵੇਲਾ ਦਿੱਤਾ, ਅਵਸਰ ਦਿੱਤਾ, ਸਮਾਂ ਦਿੱਤਾ, ਕੀਮਤੀ ਸਮਾਂ ਦਿੱਤਾ।
ਅਤੇ ਇਸ ਕੀਮਤੀ ਸਮੇਂ ਨੂੰ ਹੋਰ ਵੀ ਤੂੰ ਵਡਮੁੱਲਾ ਬਣਾ। ਜਾਗ ਹੋਸ਼ ਕਰ, ਕਰੋ ਬੇਨਤੀ, ਸੁਣੋ ਮੇਰੇ ਮਿੱਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹਾ, ਆਗੈ ਬਸਣ ਸੁਹੇਲਾ। ਜੇ ਇੱਥੇ ਨੇਕ ਕਮਾਈ ਖੱਟ ਕੇ ਜਾਏਗਾ, ਅੱਗੇ ਭਾਵ ਕਿ ਵਾਹਿਗੁਰੂ ਦੇ ਘਰ ਵਿੱਚ ਵਸਣਾ ਸੌਖਾ ਹੋ ਜਾਏਗਾ, ਉਸ ਘਰ ਦਾ ਵੀ ਆਨੰਦ ਖੇੜਾ ਅਤੇ ਸੁੱਖ ਮਾਣ ਲਏਗਾ। ਔਧ ਘਟੈ ਦਿਨ ਸਰਹਿ ਨਾਰੇ, ਮਾਨਾ ਗੁਰਮਿਲ ਕਾਜ ਸਵਾਰੇ। ਤੇਰੀ ਔਧ ਘਟਦੀ ਪਈ ਹੈ ਦਿਨ ਬਸ ਰਾਤ ਕਰਕੇ। ਮੇਰੇ ਮਨ ਝਲਿਆ ਗੁਰੂ ਨੂੰ ਮਿਲ, ਅਤੇ ਮਿਲ ਕੇ ਆਪਣੇ ਜੀਵਨ ਦਾ ਕਾਜ ਸਵਾਰ ਲੈ, ਸੋਹਣਾ ਬਣਾ ਲੈ। ਜਿਹੜਾ ਹੱਥੋਂ ਲੰਘਦਾ ਪਿਆ, ਹੱਥੋਂ ਗੁਜ਼ਰਦਾ ਪਿਆ, ਸਾਹਿਬ ਜੀਖ ਨੇ ਆਪਣੇ ਉਸ ਜੀਵਨ ਦੇ ਕਾਜ ਨੂੰ ਸਵਾਰ ਸੋਹਣਾ ਬਣਾ। ਪਰ ਅਫਸੋਸ ਇਹ ਵੀ ਬੰਦਾ ਸੰਸਾਰ ਦੇ ਅੰਦਰ ਆਪਣਾ ਘਰ ਸੋਹਣਾ ਬਣਾਉਣ 'ਤੇ ਲੱਗਾ ਹੋਇਆ, ਕਾਰੋਬਾਰ ਸੋਹਣਾ ਬਣਾਉਣ 'ਤੇ ਲੱਗਾ ਹੋਇਆ, ਗੱਡੀ ਆਪਣੀ ਸ਼ਿੰਗਾਰਨ 'ਤੇ ਸੋਹਣੀ ਬਣਾਉਣ 'ਤੇ ਲੱਗਾ ਹੋਇਆ। ਬੰਦੇ ਦਾ ਧਿਆਨ ਇੱਧਰੋਂ ਹਟੇਗਾ ਅਤੇ ਆਪਣਾ ਜੀਵਨ ਸੋਹਣਾ ਬਣਾਏਗਾ ਨਾ? ਜਿੰਨਾ ਚਿਰ ਇਨਸਾਨ ਬਾਹਰ ਦੀ ਸੁੰਦਰਤਾ ਨਾਲ ਜੁੜਿਆ ਪਿਆ ਨਾ, ਮੇਰਾ ਤਨ ਸੋਹਣਾ ਹੋਵੇ, ਸੋਹਣੇ ਕੱਪੜੇ ਪਾਉਣ ਦੇ ਆਹਰ ਵਿੱਚ, ਸੋਹਣਾ ਮੇਕਅਪ ਕਰਨ ਦੇ ਆਹਰ ਵਿੱਚ। ਸਾਹਿਬ ਜੀ ਕਹਿੰਦੇ ਤਨ ਨਾ ਸੋਹਣਾ ਬਣਾ, ਤਨ ਜਿਵੇਂ ਪਰਮਾਤਮਾ ਨੇ ਬਣਾਇਆ ਤੈਨੂੰ ਸੋਹਣਾ ਬਣਾ ਕੇ ਧਰਤੀ 'ਤੇ ਘੱਲ ਦਿੱਤਾ, ਉਸ ਤਨ ਦੇ ਨਾਲ ਆਪਣੇ ਸਰੀਰ ਦੇ ਨਾਲ ਤੂੰ ਛੇੜਖਾਨੀ ਨਾ ਕਰ, ਕੇਵਲ ਇਹਨੂੰ ਢੱਕਣ ਦੇ ਲਈ ਉੱਤੇ ਕੱਪੜੇ ਦਾ ਪ੍ਰਬੰਧ ਕਰ, ਉਹ ਕੱਪੜਾ ਸਾਦਾ ਵੀ ਚੱਲ ਜਾਏਗਾ। ਆਪਣਾ ਜੀਵਨ ਸੋਹਣਾ ਬਣਾ, ਜੀਵਨ ਨੂੰ ਸ਼ਿੰਗਾਰ। ਜੀਵਨ ਸੋਹਣਾ ਬਣੇਗਾ, ਉਸ ਵਾਹਿਗੁਰੂ ਦੇ ਘਰ ਵਿੱਚ ਮਾਣ ਇੱਜ਼ਤ ਹਾਸਲ ਹੋਏਗੀ। ਅਤੇ ਜੇ ਜੀਵਨ ਸੋਹਣਾ ਨਾ ਬਣਾਇਆ, ਸਾਹਿਬ ਜੀ ਕਹਿੰਦੇ ਤਨ ਸੋਹਣਾ ਬਣਾਉਣ ਦੇ ਆਹਰ ਵਿੱਚ ਲੱਗਾ ਰਿਹਾ ਅਤੇ ਜੀਵਨ ਬਰਬਾਦ ਹੋ ਜਾਏਗਾ।